ਗਿਆ ਮੈਨੂੰ ਇਹਨੂੰ ਪਤਾ ਨਹੀਂ ਕੀ ਹੋ ਗਿਆ ਵਾ ਚੱਲਦੇ ਚੱਲਦੇ ਨੂੰ ਹੀ ਲੈ ਇੱਕ ਤੇ ਤੋਂ ਹਨੇਰਾ ਵੀ ਇੰਨਾ ਹੋ ਗਿਆ ਵਾ ਤੇ ਤੁਸੀਂ ਵੀ ਮੈਨੂੰ ਅਚਾਨਕ ਫੋਨ ਕਰਤਾ ਨਾ ਮੈਨੂੰ ਮੈਂ ਤੈਨੂੰ ਦੱਸਣ ਤੇ ਡਈ ਆ ਵੀ ਭਾਜੀ ਤੇਰੇ ਦਾ ਆਪਰੇਸ਼ਨ ਹੀ ਲੇਟ ਹੋਇਆ ਤੇ ਜਦੋਂ ਮੈਂ ਬਾਹਰ ਨਿਕਲ ਕੇ ਆਈ ਤੇ ਉਦੋਂ ਨੂੰ ਐ ਇਦਾਂ ਹਨੇਰਾ ਹੋ ਗਿਆ ਤੇ ਬੱਸ ਕਹਿੰਦੇ ਐਸ ਵੇਲੇ ਜਾਣੀ ਕੋਈ ਨਹੀਂ ਤਾਂ ਤੈਨੂੰ ਮੈਂ ਫੋਨ ਕੀਤਾ ਸੀ ਤੇ ਤੇਰੀ ਗੱਡੀ ਕਿੱਥੇ ਸੀ ਗੱਡੀ ਕਿੰਨੇ ਖੜੀ ਤੇ ਮੈਂ ਚਾਚੂਆਂ ਦਾ ਮੋਟਰਸਾਈਕਲ ਲੈ ਗਿਆ ਉਹ ਕਹਿੰਦੇ ਧਿਆਨ ਨਾ ਖੜੀ ਉਦੋਂ ਦਾ ਸੁੱਟਿਆ ਵਾ ਤੇ ਚੱਲ ਇੱਧਰ ਵੇਖ ਭਲਾ ਆਣ ਕੇ ਕੀ ਗੱਲ ਹੋਈ ਆ ਕਿ ਇੱਕ ਕੁੱਕ ਮਾਰ ਹਾਂ ਦੁਬਾਰਾ ਚੱਲੇ ਇਹਨੂੰ ਕੀ ਗੱਲ ਹੋ ਗਈ ਆ ਤੂੰ ਹਨੇਰਾ ਵੀ ਇੰਨਾ ਹੋ ਗਿਆ ਤੂੰ ਮੈਨੂੰ ਅਚਾਨਕ ਫੋਨ ਕਰਤਾ ਨਾ ਟਾਈਮ ਨਾ ਕਰ ਦਿੰਦੇ ਤੇ ਫਿਰ ਔਨ ਜਾਣ ਚ ਵੀ ਟਾਈਮ ਲੱਗਦਾ ਨਾ ਟਾਈਮ ਨਾਲ ਮਤਲਬ ਮੈਨੂੰ ਵੀ ਨਹੀਂ ਨਾ ਪਤਾ ਵੀ ਬਾਹਰ ਇੰਨਾ ਹਨੇਰਾ ਹੋ ਗਿਆ ਵਾ ਉਹ ਕਹਿੰਦੇ ਉਦੋਂ ਭਾਜੀ ਭਾਜੀ ਆ ਕੇ ਮੈਂ ਡਿੱਗਾ ਸੀ ਨਾ ਤੇ ਪਤਾ ਨਹੀਂ ਕੀ ਚੱਕਰ ਬਣਿਆ ਹਣ ਵੇਖ ਹਾਂ ਤੂੰ ਹਨੇਰਾ ਵੀ ਇੱਧਰ ਤੇ ਕੋਈ ਹੈ ਨਹੀਂ ਮੰਨੂ ਆ ਕਿਹੜੀ ਜਗ੍ਹਾ ਵਾ ਇਹ ਦੀਦੀ ਆਪਣੇ ਪਿੰਡ ਨੂੰ ਰਾਹ ਜਾਂਦਾ ਵਾ ਸ਼ਾਰਟਕਟ ਪਹਿਲਾਂ ਵੀ ਆਇਆ ਵਾ ਇੱਧਰ ਦੀ ਕਦੀ ਆਉ ਆ ਭੈਣ ਦੀ ਉਹਨੇ ਜਦੋਂ ਛੇਤੀ ਚੱਲ ਜਾਈ ਲੈਣ ਦੀ ਇੱਥੋਂ ਕਿੰਨੀ ਕੁ ਦੂਰ ਆ ਆਪਣਾ ਘਰ ਦੂਰ ਤੇ ਇੱਥੋਂ ਹੈਗਾ ਜੀ 10-12 ਕਿਲੋਮੀਟਰ ਹਲੇ ਹਾਂ ਤੇ ਇੱਥੇ ਤਾਂ ਲੁੱਟਾਂ ਖੋਹਾਂ ਬੜੀਆਂ ਹੁੰਦੀਆਂ ਮੈਨੂੰ ਇਹ ਡਰ ਵਾ ਹਾਏ ਹਾਏ ਤੇ ਫਿਰ ਇੱਧਰ ਦੀ ਕਾਤੋਂ ਨਹੀਂ ਆਇਆ ਤੂੰ ਮੈਂ ਹਨੇਰਾ ਹੋ ਗਿਆ ਸ਼ਾਰਟਕਟ ਚੱਲ ਜਾਾਂਗੇ ਤੇ ਮੈਨੂੰ ਕੀ ਪਤਾ ਇਹਨੇ ਖਰਾਬ ਹੋ ਜਾਣਾ ਵਾ ਚੰਗਾ ਸ਼ਾਰਟਕਟ ਹੀ ਤਾਂ ਉਦਾਂ ਮੈਨੂੰ ਵੀ ਲੱਗਣ ਡਿਆ ਵਾ ਵੀ ਮੈਂ ਇੱਧਰ ਨੂੰ ਆਈ ਹਾਂ ਕਦੀ ਛੇਤੀ ਪਹੁੰਚ ਜਾਂਗੇ ਤੇ ਮੈਨੂੰ ਕੀ ਪਤਾ ਇਹਨੇ ਖਰਾਬ ਹੋ ਜਾਣਾ ਰਾਹ ਚ ਹਾਏ ਓਦਾਂ ਮੈਨੂੰ ਲੱਗਣ ਡਿਆ ਵੀ ਆ ਜਗ੍ਹਾ ਨਾ ਵੇਖੀ ਵੇਖੀ ਜਿੱਦਾਂ ਨਾ ਮੈਂ ਵੀ ਇੱਧਰ ਆਈ ਆ ਪਹਿਲੋਂ ਪਤਾ ਨੀ ਕਿਉਂ ਇੱਦਾਂ ਲੱਗੀ ਜਾਣ ਡਿਆ ਮੈਨੂੰ ਖਤਰਨਾਕ ਜਗ੍ਹਾ ਵਾ ਤੂੰ ਐਵੇਂ ਡਰੀ ਜਾਨੀ ਆ ਕੋਈ ਨੀ ਹੈਗਾ ਇੱਥੇ ਤੇ ਮੋਟਰਸਾਈਕਲ ਨੂੰ ਲਾ ਧੱਕਾ ਇੱਧਰ ਆ ਹਾਏ ਮੈਨੂੰ ਲੱਗਾ ਹੀ ਕੋਈ ਨੀ ਹੈਗਾ ਉੱਥੇ ਹਾਏ ਮੈਨੂੰ ਗਾਹ ਨਾ ਜਾਈ ਕੋਈ ਨੀ ਹੈਗਾ ਤੂੰ ਧੱਕਾ ਲਾ ਚੱਲ ਗਾਹ ਚੱਲ ਜਾਂਦੇ ਆ ਕਿੱਲਾ ਘਟਵਾ ਦਿਮਾਗ ਖਰਾਬ ਹੋ ਗਿਆ ਰੌਲਾ ਪਾਈ ਜਾਂਦੀ ਇੱਥੇ ਮੈਨੂੰ ਸਾਰ ਪਿੱਛੇ ਹੀ ਆ ਕੋਈ ਨੀ ਹੈਗਾ ਹੈਗਾ ਵਾ ਮੈਨੂੰ ਤੂੰ ਯਕੀਨ ਕਿਉਂ ਨੀ ਕਰਨ ਡਿਆ ਮੇਰੇ ਤੇ ਤੇ ਮੈਨੂੰ ਤਾਂ ਦਿਖਦਾ ਨਹੀਂ ਹੈ ਮੈਨੂੰ ਦਿਖਣ ਡਿਆ ਵੇ ਮੇਰੇ ਮਗਰ ਭਜਾਉਣ ਡਿਆ ਉਹਨੇ ਮੈਨੂੰ ਫੜ ਲੈਣਾ ਹੀ ਨਹੀਂ ਫੜਦਾ ਕੋਈ ਹੈ ਹੀ ਨਹੀਂ ਇਹਨੇ ਫੜੂ ਕੌਣ ਹੈ ਨਹੀਂ ਮੈਨੂੰ ਪਿੱਛੇ ਆ ਕੋਈ ਨਹੀਂ ਹੈਗਾ ਤੇਰਾ ਦਿਮਾਗ ਖਰਾਬ ਹੋ ਗਿਆ ਚੁੱਪ ਕਰਕੇ ਤੇ ਆਈ ਜਾ ਰੁਕ ਦੀਦੀ ਇੱਕ ਮਿੰਟ ਰੁਕ ਹੈ ਰੁਕਣਾ ਕਿਉਂ ਨਾ ਮੈਂ ਸਟਾਰਟ ਕਰਕੇ ਬੈਨਾ ਵਾ ਹਾਏ ਛੇਤੀ ਕਰ ਹਾਏ ਮੈਨੂੰ ਛੇਤੀ ਕਰ
ਮੈਨੂੰ ਸਟਾਰਟ ਕਰਦਾ ਤੂੰ। ਉੱਠ ਲੋ ਹੁਣ ਕਿ ਹੁਣ ਡਲਾਉਣਾ ਜਿਹੜਾ ਹੈਗਾ ਵਾ ਬੀਬੀ ਆ ਲੈ ਦੁੱਧ। ਚੱਲ ਆਹ ਤਾਂ ਰੰਗ ਲੱਗ ਗਈ ਓ। ਹਾਂ ਮੁੰਡਿਆ ਚੰਗਾ ਹੋ ਗਿਆ, ਧਾਰ ਕੱਢਣੀ ਆ ਗਈ ਤੈਨੂੰ। ਬੀਬੀ ਆ ਮੇਰੀ ਵਾਕਬ ਆ, ਉਹਨੂੰ ਮੈਂ ਕਿਹਾ ਦੁੱਧ ਦੇ, ਦੁੱਧ ਦਿੱਤਾ ਨੇ। ਅੱਛਾ ਵਾਕਬ ਤੇਰੀ ਕਿੱਦਾਂ ਹੋ ਗਈ? ਤੂੰ ਮੈਂ ਪੱਥੇ ਪਾਉਂਦਾ ਉਹਨਾਂ ਨੂੰ, ਰੋਟੀ ਖਵਾਲਦਾ ਉਹਨਾਂ ਨੂੰ। ਅੱਛਾ ਹੋਏ ਤਾਂ ਗੱਲ ਹੈਗੀ ਆ, ਡੰਗਰਾਂ ਨੂੰ ਜਿੱਦਾਂ ਮਰਜ਼ੀ ਪਿਆਰ ਕਰੋ ਉਦਾਂ ਡੰਗਰ ਗਿੱਝ ਜਾਂਦੇ ਆ। ਹੋਰ ਤੇ ਪਰ ਹੁਣ ਮੇਰੀ ਗੱਲ ਸੁਣ ਲਾ, ਮੇਰਾ ਕੰਮ ਸੂਤਰ ਆ ਗਿਆ ਈ ਓ। ਕੀ ਹੋਇਆ ਵਾ? ਮੈਂ ਧਾਰ ਕੱਢਣੀ ਤੂੰ ਸਿੱਖ ਲਈ ਆ ਨਾ, ਤੇ ਮੈਂ ਹੁਣ ਜਾਣਾ ਵਾਂਡੇ। ਇਹਦੇ ਕੰਮ ਹੀ ਸੌਖਾ ਵਾ ਤੇ ਆਵਾਂ ਕਰੋ ਦੇ ਦੁੱਧ ਵਾਧੂ, ਦੁੱਧ ਵਾਧੂ ਹੋ ਜਾਂਦਾ ਤੇ ਮੈਂ ਜਾਣਾ ਹੁਣ ਮਨਪ੍ਰੀਤ। ਮੈਂ ਦੁੱਧ ਪੀਣਾ ਕੋਲਾ ਭਰ ਕੇ। ਦੁੱਧ ਤੂੰ ਸਰ ਦਿਹਾੜੀ ਚਾਹ ਪੀਣਾ ਵਾ ਤੈਨੂੰ, ਦੁੱਧ ਹੁਣ ਬਾਕੀ ਰਹਿ ਗਿਆ, ਕੋਈ ਚਾਹ ਕਾਹਦੀ ਬਣਦੀ, ਦੁੱਧ ਹੀ ਬਣਦੀ ਆ। ਬੀਬੀ ਮੈਂ ਦੁੱਧ ਵੀ ਪੀਣਾ, ਉਹ ਮੈਂ ਕਹਿੰਦੀ ਦੁੱਧ ਪੀ ਲਿਆ ਕਰ ਮੇਰਾ। ਇੱਥੇ ਪੀ ਲਿਆ ਕਰ ਵੀ ਜੇ ਕਹਿੰਦੀ ਆ ਤੇ, ਮਗਰੋਂ ਡੁੱਕ ਡਾ ਕੇ ਪੀ ਲਿਆ ਕਰ, ਇੱਥੋਂ ਤਾਂ ਨੀ ਹੁਣ ਤੈਨੂੰ ਮਿਲਣਾ। ਤੇ ਮੇਰੀ ਗੱਲ ਤਾਂ ਸੁਣਦਾ ਨੀ ਜਿਹੜੀ ਮੈਂ ਕਹਿਣ ਡਈ ਆ। ਦੱਸੋ ਕੀ ਗੱਲ? ਮੈਂ ਜਾਣਾ ਮਨਪ੍ਰੀਤ ਦੇ ਵਿਆਹ, ਦੋ ਦਿਨ ਰਹਿ ਕੇ ਆਉਣਾ ਈ ਓ। ਨਹੀਂ ਸਾਡੀ ਤੇ ਰਿਸ਼ਤੇਦਾਰੀ ਤੇ ਤੈਨੂੰ ਚੱਕਰ ਬਿਨਾ ਮਤਲਬ ਤੂੰ ਆਈ ਜਾਂਦੇ ਆ। ਤੂੰ ਹੋਰ ਕੋਈ ਨਾਂ ਲਾ ਦੱਸ, ਜਿਹੜਾ ਨਾਂ ਉਹਦਾ ਮਨਪ੍ਰੀਤ ਤੇ ਮਨਪ੍ਰੀਤ ਹੀ ਨਾਂ ਲੈਣਾ ਮੈਂ। ਤੂੰ ਪੱਗੂ ਸੱਗੂ ਲੱਲੋ, ਕਈ ਹੋਰ ਕੋਈ ਲੱਲੋ, ਰਮਨ ਸਮਨ ਲੱਲੋ ਕਈ। ਤੇ ਤੂੰ ਆਪਣੇ ਨਾਂ ਬਦਲਦਾ ਨਾ ਰੋਜ਼ ਦਿਹਾੜੀ, ਤੇਰਾ ਤੇ ਕੰਮ ਵਾ। ਮੇਰਾ ਨਾਂ ਇੱਕੋ ਆ। ਕਿਹੜਾ ਨਾਂ ਤੇਰਾ? ਲੱਭਾ ਸਿੰਘ। ਲੈ ਚੱਲ ਠੀਕ ਆ, ਮੈਂ ਹੁਣ ਦੋ ਰਾਤਾਂ ਰਹਿ ਕੇ ਆਉਣਾ ਮਨਪ੍ਰੀਤ ਦੇ ਵਿਆਹ ਤੇ, ਧਾਰ ਤੂੰ ਟਾਈਮ ਨਾਲ ਕੱਢ ਲਿਆ ਕਰੀ, ਮਈਆਂ ਅੰਦਰ ਕਰਤੀਆਂ ਬਾਹਰ ਕਰਤੀਆਂ, ਤੇਰੀ ਜ਼ਿੰਮੇਵਾਰੀ ਸਾਰੀ। ਬੀਬੀ ਇਹ ਤੇ ਮੇਰੀ ਸਹੇਲੀਆਂ ਵਾ। ਮਰਨਾ ਨਾ ਹੋਵੇ ਤੇ, ਬਿਮਾਰੀ ਪੈਣ ਆ, ਸਹੇਲੀਆਂ ਇਹ ਹੁੰਦੀਆਂ ਵਾ, ਉਹ ਬੁੜੀਆਂ ਹੁੰਦੀਆਂ ਵਾ ਸਹੇਲੀਆਂ, ਡੰਗਰ ਨੀ ਸਹੇਲੀਆਂ ਹੁੰਦੇ। ਬੁੜੀਆਂ ਕੀ ਹੁੰਦੀਆਂ? ਹਾਂ ਤੂੰ ਬੰਦਾ ਨੀ ਗਾ ਬੀਬੀ? ਮੈਂ ਬੰਦਾ ਵਾ? ਆਹੋ ਹੋਰ ਤੂੰ ਡੰਗਰ ਵਾ, ਵੀ ਮਹੀਆਂ ਚ ਰਹਿੰਦਾ ਤੂੰ ਵੀ ਮਾਝੀ ਆ, ਜਾਂ ਤੂੰ ਡੰਗਰ ਵਾ, ਤੂੰ ਹੋਰ ਕੋਈ? ਮੈਨੂੰ ਨੀ ਪਤਾ ਮੈਂ ਕੀ ਆ। ਚੱਲ ਠੀਕ ਆ, ਇੱਥੇ ਰੋਟੀ ਤੈਨੂੰ ਲਿਆ ਦਿੰਦੇ ਹਾਂ ਤੇ ਖਾ ਕੇ ਤੇ ਲੰਮਾ ਪਾਓ, ਤੇ ਜਿਹੜਾ ਕੰਮ ਪਹਿਲਾਂ ਕਰਨ ਵਾਲਾ ਉਹਨਾਂ ਚਿਰ ਉਹ ਕਰ ਲਾ, ਤੇ ਮੁੜ ਕੇ ਮੈਨੂੰ ਆਵਾਜ਼ ਮਾਰਦੀ ਉਹ ਬੂਹੇ 'ਚ ਖਲੋ ਕੇ ਵੀ ਬੀਬੀ ਰੋਟੀ ਫੜਾ ਦੇ, ਉੱਥੇ ਮੈਂ ਤੈਨੂੰ ਰੋਟੀ ਫੜਾ ਦੂੰਗੀ, ਤੇ ਗਾਂਹ ਆਉਣ ਦੀ ਕੋਸ਼ਿਸ਼ ਨਾ ਕਰੀ। ਉਦਣ ਤੂੰ ਆਣ ਕੇ ਕੀ ਕਾਰਾ ਕੀਤਾ ਸੀਗਾ? ਲੈ ਗਾਂ ਗੁਰਦੁਆਰਾ ਵਾ ਉੱਥੇ, ਚੱਲ ਮੈਨੂੰ ਲੱਗੇ ਪੈ ਜੂੰਗਾ। ਇੱਥੇ ਕੀ ਹੈ? ਇੱਥੇ ਨਿਗਾ ਹੈਗਾ ਵਾ, ਉੱਥੇ ਗਾਲਾਂ ਸੁਣਨੀਆਂ। ਚੱਲ ਤੂੰ ਲੱਭਾ ਸਿਆ, ਸੌਂ ਇੱਥੇ। ਬੋਲ ਪਾ, ਦਹੀਂ ਨੂੰ ਟੱਕੀ ਜਾਣ ਡੀ, ਇਹਨੂੰ ਠੰਡ ਲੱਗਦੀ ਆ ਹੈ? ਨਹੀਂ ਬੋਲਣਾ, ਮੂੰਹ ਵੱਟ ਕੇ ਤੁਰੀ ਫੇਰ ਡੀ ਆ। ਕੀ ਬੋਲਾਂ ਤੁਹਾਡੇ ਨਾਲ? ਬੋਲਦੀ ਕਿਉਂ, ਤੈਨੂੰ ਕੀ ਤਕਲੀਫ ਕੀ? ਕੋਈ ਨੀ, ਛੱਡੋ ਮੈਨੂੰ। ਓ ਸ਼ਰਮ ਕਰੋ, ਕੋ ਸ਼ਰਮ। ਸ਼ਰਮੀ ਵੇਚ ਕੇ ਖਾ ਲਈ ਇਹਨਾਂ ਨੇ, ਪਤਾ ਹੀ ਨਹੀਂ ਇਹਨਾਂ ਨੂੰ ਕੁਛ ਵੀ ਕਰਦਾ। ਕੀ ਹੋਇਆ? ਪੁੱਛ ਲਾ ਆਪਣੇ ਲਾਡਲੇ ਨੂੰ ਕੀ ਹੋਇਆ। ਕੀ ਹੋਇਆ? ਕੀ ਸ਼ਰਮ ਵੇਚੀ, ਕੀ ਵੇਚ ਲਿਆ ਤੁਸੀਂ?
ਨਹੀਂ ਤੁਹਾਨੂੰ ਕੋਈ ਸ਼ਰਮ ਸ਼ਰਮਾਇਆ ਨਹੀਂਗਾ? ਹੁਣ ਤੁਹਾਡੇ ਵਾਂਗੂ ਮੈਂ ਲਹੂ ਪੀਹੜਾਂ ਜਿੱਦਾਂ ਮੰਮੀ ਦਾ ਤੁਸੀਂ ਸਾਰੀ ਜ਼ਿੰਦਗੀ ਪੀਹੜਿਆ। ਕੀ ਮੈਂ ਉਹਦੇ ਫੱਟ ਮਾਰ ਦਿੱਤੇ ਆ? ਇਹ ਹੱਸੀਏ ਖੇਡੀਏ ਵੀ ਨਾ, ਕੀ ਉਹ ਕਿਤਾਬ ਵੀ ਪੜ੍ਹ ਲਈ ਉਹਨੇ? ਜੇ ਉਹਨੂੰ ਪੜ੍ਹਨ ਦਾ ਸ਼ੌਂਕ ਆ ਤੇ ਕੀ ਮਾੜਾ ਕਰਤਾ? ਨਹੀਂ ਕਿਤਾਬਾਂ ਪੜ੍ਹਨੀਆਂ ਉਹ ਤਾਂ ਧਾਰਮਿਕ ਕਿਤਾਬਾਂ ਲਿਆਓ ਤੇ ਪੜ੍ਹੋ। ਜੇ ਨਹੀਂ ਜਰਿਆ ਜਾਂਦਾ ਤੇ ਸਿੱਧੀ ਤਰ੍ਹਾਂ ਦੱਸੋ ਆਪਾਂ ਇੱਥੋਂ ਜਾਈਏ, ਮੈਨੂੰ ਤਾਂ ਜੇਲ੍ਹ ਲੱਗਣ ਡੈ ਪਈ ਆ। ਮੈਂ ਨਾ ਤੈਨੂੰ ਬਹੁਤ ਜੇਲ੍ਹ ਲੱਗਦੀ ਆ ਗੇ, ਵਿਹਲਣ ਨੂੰ ਜੇਲ੍ਹ ਹੀ ਲੱਗਣੀ ਹੁਣ। ਜੇਲ੍ਹ ਲੱਗਣੀ ਆ ਤੁਹਾਨੂੰ ਮੈਂ ਬੜੀ ਵਾਰੀ ਕਿਹਾ ਵਾ ਵੀ ਪੁਰਾਣਾ ਆਪਣਾ ਨਾ ਆ ਦਿਮਾਗ ਜਿਹੜਾ ਇਹਨੂੰ ਬਦਲ ਦਿਓ। ਕਿਉਂ, ਕੀ ਹੋਇਆ ਮੇਰੇ ਦਿਮਾਗ ਨੂੰ? ਹੋਇਆ ਨਹੀਂ ਅਜੇ, ਇਹ ਤੋਂ ਵੱਧ ਕੀ ਹੋਣਾ। ਉਹ ਤੁਹਾਨੂੰ ਉਹ ਗੱਲ ਵੀ, ਸਿਆਣਾ ਬੰਦਾ ਤੁਹਾਨੂੰ ਚੰਗਾ ਹੀ ਨਹੀਂ ਲੱਗਦਾ, ਤੁਹਾਨੂੰ ਤੇ ਮੱਤਾਂ ਦੇਣ ਡੇ ਆ। ਅਸੀਂ ਇਹ ਰੂਲ ਨਹੀਂ ਚੱਲਦੇ ਬਾਬੇ ਆਦਮ ਦੇ ਵੇਲੇ ਦੇ ਹੁਣ। ਆ ਭਰਾਵਾਂ ਲੈ ਤੇਰੇ ਗਾੜੀ ਜੋੜੇ ਹੱਥ, ਤੁਸੀਂ ਜਿੱਤੇ ਤੇ ਮੈਂ ਹਾਰਿਆ। ਜਿੱਤੇ ਤੇ ਹਾਰਿਆ ਵੇਲਾ ਕੰਮ ਉਹ ਕਰਦਾ, ਕੰਮ ਉਹ ਕਰਦਾ ਵਾ, ਤੇ ਤੂੰ ਕਦੀ ਇਹ ਅੰਦਰੋਂ ਨਿਕਲ ਗਿਆ, ਕਦੀ ਰਸੋਈ ਤੇ ਰਸੋਈਓ ਨਿਕਲ ਗਿਆ, ਉੱਥੇ ਤੇ ਕਦੀ ਖਾ ਲਿਆ, ਉੱਥੇ ਹੱਗ ਲਿਆ, ਤੇ ਤੂੰ ਕਰਦਾ ਕੀ ਆ? ਉਹਦੇ ਨਾਲ ਵਾਦੋ ਫਿਰ ਸਾਰਾ ਕੁਛ, ਅੱਗੇ ਕੌਣ ਸਾਂਭਦਾ ਸੀ ਡੰਗਰਾਂ ਨੂੰ? ਮੈਂ ਸਾਂਭਦਾ ਸੀ, ਮੈਂ ਪਾਏ ਵੀ ਕੱਟੇ, ਤੂੰ ਕਦੀ ਇੱਕ ਦਿਨ ਵੀ ਪਾ ਕੇ ਵੇਖੇ ਆ? ਤੁਸੀਂ ਪਿਓ ਵਾਲਾ ਫਰਜ਼ ਨਿਭਾਇਆ ਜੇ ਅੱਜ ਤੱਕ ਕੋਈ? ਹੋਰ ਮੈਂ ਕਿਹੜੇ ਨਿਭਾਉਣ ਡਿਆ, ਦੁਸ਼ਮਣ ਦਾ ਨਿਭਾਉਣ ਡਿਆ ਵਾ, ਤੇਰੇ ਤੌਰ ਤਰੀਕੇ ਤੇਰੇ ਨਹੀਂ ਹੋ ਠੀਕ। ਜੇਲ੍ਹ ਬਣਾ ਕੇ ਰੱਖਿਆ ਘਰ ਨੂੰ, ਜੇਲ੍ਹ ਬਣਾਇਆ ਕਰਦਾ ਰੌਲਾ ਪਾਉਂਦਾ ਵਿਹਲੜ ਕੇ ਥਾਂ ਦਾ। ਆ ਵੇਖੋ ਤੁਹਾਡੇ ਗੜੇ ਜੋੜੇ ਹੱਥ, ਮੈਂ ਨੀ ਕੋਈ ਵੀ ਟੈਸਟ ਦਿੰਦੀ ਨਾ ਕੋਈ ਨੌਕਰੀ ਕਰਦੀ ਹੈ, ਤੇ ਲੜਾਈ ਨਾ ਪਾਓ ਆਪਣੇ ਘਰ। ਉਹ ਗੱਲ ਟੈਸਟ ਦੀ ਤੇ ਨੌਕਰੀ ਦੀ ਨੀਗੀ ਯਾਰ ਮੇਰੀ, ਤੇ ਫਿਰ ਕਾਹਦੀ ਗੱਲ ਆ? ਦੂਜੇ ਇੱਕ ਦਿਨ ਲੜਾਈ ਪਾ ਕੇ ਬਹਿ ਜਾਂਦੇ ਤੁਸੀਂ। ਲੜਾਈ ਕਾਹਦੀ ਪਾਉਣੀ ਆ, ਇਹ ਬਾਪੂ ਹੀ ਪਾਉਂਦਾ ਵਾ। ਸੋਨੂੰ ਕੀ ਕਰਾਂ ਮੈਂ, ਦਿਨੇ ਦਿਨੇ ਜਦੋਂ ਮੱਤ ਕਰਦੇ ਹਾਂ ਉਦੋਂ ਤਾਂ ਮੈਂ ਉੱਥੇ ਉੱਥੇ ਬਹਿ ਖਲੋ ਕੇ ਕੰਮ ਕਰਦੇ ਹਾਂ, ਟਾਈਮ ਪਾਸ ਕਰ ਲੈਂਦੀ ਹਾਂ, ਕਿਸੇ ਵੇਲੇ ਮਨ 'ਚ ਕੋਈ ਗੱਲ ਆਉਂਦੀ ਕਿਸੇ ਵੇਲੇ ਨਹੀਂ ਆਉਂਦੀ। ਅੱਧੀ ਰਾਤ ਮੇਲਾ ਲਾਇਆ ਵਾ, ਕਿੱਦਾਂ ਮੇਰੀ ਰਾਤ ਲੰਘਣੀ ਆ ਟੈਨਸ਼ਨ ਦੇ ਵਿੱਚ, ਕੀ ਕਰਾਂ ਮੈਂ? ਤੁਸੀਂ ਤਾਂ ਮੈਨੂੰ ਬਹੁਤ ਦੁਖੀ ਕੀਤਾ ਵਾ, ਕੀ ਹੋ ਗਿਆ? ਮੈਂ ਧਾਰ ਕੱਢਣ ਗਈ, ਉਹਨੇ ਮਹਾਂ ਧਾਰ ਧੂਰ ਕੱਢੀ, ਕਈ ਗੱਲਾਂ ਮੈਨੂੰ ਉਹਨੇ ਸੁਣਾਈਆਂ ਪਹਿਲਾਂ, ਅਤੇ ਮਹਾਂ ਮੈਂ ਦੁੱਧ ਲੈ ਕੇ ਤੁਰੀ ਆਉਂਦੀ, ਤਾਂ ਆਉਂਦਿਆਂ ਮੇਰਾ ਨੂੰ ਫੇਰ ਮੇਲਾ ਲਾਇਆ। ਕੀ ਮਤਾ ਐਡਾ ਜੁਰਮ ਕਰਤਾ ਮੈਂ, ਇਹਨੂੰ ਮੈਂ ਮਨਾਉਣ ਡਿਆ ਮੂੰਹ ਹੱਟੀ ਫਿਰਨ ਡੀ, ਅਤੇ ਮੈਂ ਇਹਦੀ ਬਾਂਹ ਇੱਦਾਂ ਫੜ ਲਈ, ਮੈਨੂੰ ਕੀ ਪਤਾ ਸੀ ਵੀ ਬਾਪੂ ਬਿੱਲਿਆਂ ਨੂੰ ਸ਼ੈਲ ਆ ਕੇ ਬੈਠਾ ਅੰਦਰ। ਲੈ ਦੱਸ, ਤੇ ਤੁਸੀਂ ਜੋ ਸਾਹਮਣੇ ਪੁੱਤ, ਤੁਹਾਨੂੰ ਪਤਾ ਜਿਹੜੇ ਪੁਰਾਣੇ ਬੁੱਢੇ ਆ ਨਾ ਉਹ ਬੜੀ ਅੱਤ ਕਰਦੇ ਆ, ਇਹਨਾਂ ਗੱਲਾਂ ਨੂੰ ਨਹੀਂ ਚੰਗਾ ਜਾਣਾ, ਤੁਸੀਂ ਇੱਥੇ ਅੰਦਰ ਬਹਿ ਕੇ ਗੱਲ ਕਰ ਲੈਂਦੇ ਜਿਹੜੀ ਕਰਨੀ ਸੀ। ਕਿੰਨੀ ਉਹਨੇ ਮੇਰੀ ਬੇਇੱਜ਼ਤੀ ਕੀਤੀ, ਮੈਂ ਉਦੋਂ ਸ਼ੋਲ ਲੱਲਿਆ, ਹੁਣ ਮੈਂ ਹਾਰ ਕੇ ਵੱਡੇ ਸ਼ੋਲ ਕੱਢ ਕੱਢ ਕੇ ਲਏ ਆ, ਵੀ ਲੈ ਤੂੰ ਸੌਖਾ ਰਹੋ, ਅਸੀਂ ਭਾਵੇਂ ਗੋਹੇ ਨਾਲ ਵੇਲ ਲਈਏ, ਨਵੇਂ ਭਾਵੇਂ ਪੁਰਾਣੇ ਜਿੱਦਾਂ ਮਰਜ਼ੀ ਕਰ ਲਈਏ, ਅਸੀਂ ਹਾਰ ਜਾਂਦੇ ਉਹਦੇ ਗਾੜੀ, ਤੂੰ ਕਿਉਂ ਨਹੀਂ ਹਾਰਦਾ? ਮਾਤਾ ਮੇਰੇ ਕੋਲ ਨਹੀਂ ਹਾਰਿਆ ਜਾਂਦਾ, ਤੁਸੀਂ ਜੇਲ੍ਹ ਕੱਟ ਲਈ ਸਾਰੀ ਜ਼ਿੰਦਗੀ, ਮੇਰੇ ਕੋਲ ਨਹੀਂ ਕੱਟੀ ਜਾਣੀ, ਮੇਰੀ ਜਿੰਨੀ ਕੁ ਹੈਗੀ ਅੱਧੀ ਕਿਤੇ ਮੈਂ ਕੱਟ ਲਈ, ਹੁਣ ਮੈਂ ਇਹਨੂੰ ਵੀ ਕਟਾਵਾਂ, ਗਾਂ ਜਿਹੜਾ ਆਉਣ ਵਾਲਾ ਉਹ ਵੀ ਕੱਟੂਗਾ, ਤੇ ਮੈਂ ਕੀ ਕਰਾਂ ਫਿਰ? ਜੇ ਤੂੰ ਵੀ ਕੱਟੀ ਤੇ ਮੈਂ ਕਿਹੜੀ ਤੇਰੇ ਨਾਲ ਨਹੀਂ ਕੱਟੀ ਜੇਲ੍ਹ? ਸਾਨੂੰ ਤਾਂ ਬਿਨਾਂ ਗੱਲ ਤੋਂ ਸਜ਼ਾ ਮਿਲੀ ਆ। ਮੈਂ ਕਹਿੰਦੀ ਰੱਬ ਮੈਨੂੰ ਚੁੱਕ ਹੀ ਲਵੇ, ਮੈਂ ਤੁਹਾਨੂੰ ਦੁੱਖ ਵੇਖਾਂ ਹੀ ਨਾ ਤੁਹਾਡੇ ਕਿਸੇ ਦੇ ਵੀ ਨਾ ਵੇਖਾਂ, ਮੇਰੀਆਂ ਅੱਖਾਂ ਤੋਂ ਪਰੋਖਾ ਜੋ ਮਰਜ਼ੀ ਹੁੰਦਾ ਰਹੇ, ਮੇਰੇ ਵਾਸਤੇ ਰਸੂਲਾਂ ਦਾ ਮੰਜਾ ਡਾਹਤਾ ਤੁਸੀਂ, ਨਾ ਮੈਨੂੰ ਦਿਨੇ ਟਕਾ ਤੇ ਨਾ ਮੈਨੂੰ ਰਾਤ ਟਕਾ। ਮੰਮੀ ਇੱਕ ਗੱਲ ਹੈ, ਪਾਪਾ ਜੀ ਨੂੰ ਨਿੱਕੀ ਨਿੱਕੀ ਗੱਲ ਤੋਂ ਗੁੱਸਾ ਚੜ ਜਾਂਦਾ, ਜੇ ਹੁਣ ਥੋੜਾ ਬਹੁਤ ਉਹ ਵੀ ਪੁੱਤ, ਜੇ ਮੇਰੀ ਮੰਨਦਾ ਹੋਵੇ ਤੁਹਾਡਾ ਪਾਪਾ ਜੀ, ਤੇ ਮੈਂ ਉਹਨੂੰ 100-100 ਵਾਰ ਆਖਾਂ ਵੀ ਨਾ ਇਦਾਂ ਨਿਆਣਿਆਂ ਨੂੰ ਆਖੋ, ਮੈਂ ਤੇ ਆਪ ਆਪਣੀ ਜਾਨ ਲਕਾਉਂਦੀ ਫਿਰਨ ਡਈ, ਮੈਂ ਕੀ ਕਰਾਂ ਕੀ ਕਰਾਂ? ਮੈਂ ਤੇ ਆਪ ਬੜੀ ਦੁਖੀ ਹੋ ਗਈ ਆ। ਆਵੇ ਤੁਹਾਡੇ ਗਾੜੀ ਜੋੜੇ ਹੱਥ, ਮੇਰਾ ਪੁੱਤ ਨਾ ਲੜਾਈਆਂ ਕਰੋ, ਨਾ ਕਰੋ ਕਿਤੇ, ਖੁਸ਼ੀ ਖੁਸ਼ੀ ਰਹੋ, ਉਹਦੀ ਵੱਲ ਵੀ ਵੇਖ, ਆਪਣੇ ਵੱਲ ਵੀ ਵੇਖ, ਘਰ ਪਰਿਵਾਰ ਵੱਲ ਵੇਖੋ, ਅਜੇ ਤੇ ਸਾਡਾ ਕੁਰੇ 'ਚ ਘਰ ਵਾ, ਜੇ ਕਦੇ ਸਾਡਾ ਪਿੰਡ 'ਚ ਘਰ ਹੁੰਦਾ ਤਾਂ ਕੀ ਬਣਦਾ? ਮਾਤਾ ਮੇਰਾ ਕਿਹੜਾ ਜੀ ਕਰਦਾ ਬੋਲਣ ਨੂੰ, ਹੁਣ ਬਾਪੂ ਨਿੱਕੀ ਨਿੱਕੀ ਗੱਲ ਤੋਂ ਤਾਂ ਪਵਾੜਾ ਪਾ ਲੈਂਦਾ, ਹੁਣ ਕਿੰਨਾ ਕਰ ਚਿਰ ਬੰਦਾ ਚੁੱਪ ਰਹੂਗਾ? ਜਦੋਂ ਮੈਂ ਨਹੀਂ ਵੀ ਇੱਕ ਜਣਾ ਬੋਲਦਾ, ਦੂਜਾ ਹੀ ਚੁੱਪ ਕਰ ਜਾਓ, ਆਪੇ ਗੱਲ ਠੰਡੀ ਪੈ ਜੇ, ਮੱਚਦੇ ਤੇ ਹੈਗੇ ਜਿੱਦਾਂ ਤੇਲ ਪਾ ਦੇਈਦਾ। ਗੱਲ ਠੰਡੀ ਪੈਣ ਵਾਲੀ ਹੋਵੇ ਤਾਂ ਪਵੇ ਨਾ, ਜਦੋਂ ਗੱਲ ਹੀ ਅੱਗ ਲਾਉਣ ਵਾਲੀ ਕਰ ਦੇਣੀ ਆ।
ਅੰਦਰੇ ਰਿਹਾ ਕਰੋ, ਜਦੋਂ ਉਹ ਘਰ ਹੋਵੇ ਨਾ ਤੂੰ ਸਾਹਮਣੇ ਨਾ ਹੋਇਆ ਕਰ ਉਹਦੇ, ਤੇ ਉਹ ਤੇਰੇ ਨਾਲ ਸਾਹਮਣੇ ਹੋਵੇ ਫਿਰ ਟਾਈਮ ਪਾਸ ਹੋਣਾ, ਨਹੀਂ ਤੇ ਇੱਥੇ ਇਹੋ ਹੀ ਮੇਲਾ ਲੱਗਾ ਰਹਿਣਾ। ਮੈਂ ਘਰ ਹੀ ਛੱਡ ਦੇਣਾ ਭਰਾਵਾ ਤੁਹਾਡਾ। ਕਿਉਂ ਘਰ ਕੋ ਛੱਡਣਾ? ਮੈਂ ਰਹਿਣਾ ਹੀ ਨਹੀਂ ਇੱਥੇ। ਘਰ ਕੋ ਛੱਡਣਾ? ਮੈਂ ਘਰ ਛੱਡਣ ਨੂੰ ਤੈਨੂੰ ਕਿਹਾ ਵਾ ਕਿਸੇ ਨੇ? ਜਾਂ ਤੈਨੂੰ ਤੇਰੇ ਪਾਪਾ ਜੀ ਨੇ ਕਿਹਾ ਘਰੋਂ ਬਾਹਰ ਚੱਲ ਜਾ। ਪਾਪਾ ਜੀ ਕਹਿਣ ਨਾਲੋਂ ਘੱਟ ਕਰਨ ਡਿਆ ਵਾ। ਚੱਲ ਕੋਈ ਨੀ, ਤੂੰ ਬੋਰ ਮਾਰਨਾ, ਏਦਾਂ ਨੀ ਕਰੀਦਾ ਹੁੰਦਾ ਪੁੱਤ। ਮੈਂ ਦੁੱਧ ਸਾਂਭਾ। ਪੁੱਤ ਨਾ ਸਾਂਭਿਓ, ਦੁੱਧ ਸਾਂਭ ਲਓ। ਇੰਨਾ ਗੁੱਸਾ ਨਾ ਕਰਿਆ ਕਰੋ, ਕੋਈ ਗੱਲ ਨੀ ਹੁੰਦੀ। ਮੈਂ ਤੁਹਾਨੂੰ ਕਹਿਣ ਡਈ ਨਾ ਮੈਂ ਨਹੀਂ ਕਰਦੀ ਕੋਈ ਨੌਕਰੀ ਤੇ ਨਹੀਂ ਕਰਦੀ। ਉਹ ਜਾ ਤੂੰ ਵੀ ਬਹਿ ਜਾ। ਬਹਿ ਗਈ ਪਹਿਲਾਂ ਤੂੰ ਵੀ ਬੜਾ ਮੂੰਹ ਵੱਟੀ ਬੰਨੀ, ਹੁਣ ਤੂੰ ਮੈਨੂੰ ਸਮਝਾਉਣ ਡਈ ਆ। ਸਮਝਾਉਣ ਡਈ ਔਰ ਕੀ ਕਹਾਂ ਮੈਂ, ਲੜਾਈ ਪਾ ਕੇ ਤੁਸੀਂ ਬੈਠੇ ਰਹਿੰਦੇ ਜੇ। ਯਾਰ ਮਾਸਟਰ ਫਿਕਰ ਕਰਦਾ ਨਾ, ਉਹਨੂੰ ਕਹੀ ਨਾ ਲਵਾਂ ਫੋਨ, ਦੱਸਦਾ ਉਹਨੂੰ। ਵੈਲ ਜਾਣ ਡਈ। ਹੈਲੋ, ਸਤਿ ਸ਼੍ਰੀ ਅਕਾਲ ਮਾਸਟਰ ਜੀ, ਕੀ ਹਾਲ ਚਾਲ ਜੀ? ਵਧੀਆ ਮੇਰੇ ਤੇ, ਤੁਸੀਂ ਸੁਣਾਓ? ਆਹੋ ਮੈਂ ਕੀਤਾ ਫੋਨ, ਮੈਂ ਕਿਹਾ ਮਾਸਟਰ ਫਿਕਰ ਕਰਦਾ ਹੋਣਾ ਵਾ ਜਦੋਂ ਮੁੰਡਾ ਘਰੋਂ ਗਿਆ ਹੋਏ। ਹਾਂਜੀ ਹਾਂਜੀ, ਮੈਂ ਤੇ ਪਹੁੰਚ ਹੀ ਗਏ, ਲਾਗੇ ਸਾਗੇ ਪਹੁੰਚ ਗਏ ਹਾਂ। ਹਾਂ ਲਾਏ ਅਸੀਂ, ਕੀਤੇ ਸਾਰੇ ਸੀਸੀਟੀਵੀ ਕੈਮਰੇ ਸਾਰੇ ਚੈੱਕ ਕੀਤੇ ਆ। ਹਾਂਜੀ ਹਾਂਜੀ, ਜਿੰਨੇ ਵੀ ਕੀਤੇ ਨਾ ਉਹਦੇ ਦਫ਼ਤਰ ਤੋਂ ਲੈ ਕੇ ਹੋਰ ਜਿਹੜੇ ਮੇਨ ਰੋਡ 'ਤੇ ਸਾਰੇ ਜਿੰਨੇ ਕੀਤੇ ਆ ਨਾ, ਅੱਗੇ ਅੱਗੇ ਗੱਡੀ ਉਹਦੀ ਗਈ ਆ ਅਤੇ ਪਿੱਛੇ ਇੱਕ ਲੇਡੀਜ਼ ਗਈ ਆ, ਜਨਾਨੀ ਦੀ ਆ ਮੋਪਟ, ਉਹ ਮੋਪਟ 'ਤੇ ਜਾਣ ਡਈ ਆ। ਹਾਂਜੀ ਨਹੀਂ ਨਹੀਂ ਆਪਾਂ ਬਿਲਕੁਲ ਮੇਰੇ ਸਾਨੂੰ 95% 'ਤੇ ਆਪਾਂ ਚੱਲ ਗਏ, ਲਾਗੇ ਚੱਲ ਗਏ ਹਾਂ ਕੇਸ ਦੇ। ਅਤੇ ਮੈਂ ਉਹ ਜਿਹੜੀਆਂ ਫੁਟੇਜ ਆ ਨਾ, ਉਹ ਜਿਹੜੀਆਂ ਮੈਂ ਮਨਪ੍ਰੀਤ ਨੂੰ ਸੈਂਡ ਕਰਤੀਆਂ। ਜੇ ਤਾਂ ਉਹ ਮਨਪ੍ਰੀਤ ਨੇ ਕੁੜੀ ਪਛਾਣ ਲਈ ਫਿਰ ਸਗੋਂ ਕੇਸ ਸੋਲਵ ਹੋ ਗਿਆ ਸਾਰਾ। ਉਹ ਆਪਾਂ ਜਦੋਂ ਸੀਸੀ ਫੁੱਟ ਚੈੱਕ ਕੀਤੀ ਨਾ ਸਾਰੀ ਇਹਦੀ, ਤਾਂ ਆਪਾਂ ਮੁੜ ਕੇ ਗਏ ਹਾਂ ਅਤੇ ਦਫ਼ਤਰ ਵੀ ਗਏ ਹਨ, ਉੱਥੇ ਢਾਬਾ ਵਾ ਦਫ਼ਤਰ 'ਤੇ ਲੱਗੇ, ਉਹਨਾਂ ਨੂੰ ਪੁੱਛਿਆ ਸਾਰਾ, ਜਿੱਦਾਂ ਕਹਿੰਦੇ ਵੀ ਇਹ ਸਟਾਫ ਜਿਹੜਾ ਨਾ ਵਾਹਵਾ ਨੇਰੇ ਗਿਆ ਵਾ, ਇੱਥੋਂ ਕੋਈ ਇਕੱਠੇ ਨਿਕਲੇ ਸਾਰੇ, ਕੋਈ ਪਾਰਟੀ ਪੂਰਟੀ ਚੱਲਦੀ ਪਤਾ ਨਹੀਂ ਹੁੰਦੀ ਕੋਈ। ਬਾਕੀ ਤੁਸੀਂ ਫਿਕਰ ਨਾ ਕਰੋ, ਲੱਗ ਗਿਆ ਪਤਾ ਸਾਰਾ, ਲੱਗ ਹੀ ਜਾਣਾ ਬਸ ਪਹੁੰਚ ਕੇ ਟਿਕਾਣੇ। ਅੱਜ ਮੈਂ ਮੁੰਡਾ ਭੇਜਿਆ ਆਪਣਾ, ਮੇਰੇ ਤੋਂ ਜੂਨੀਅਰ ਏਸ ਆਈ ਮੁੰਡਾ, ਉਹਨੂੰ ਭੇਜਿਆ ਸਾਰਾ ਡਿਆ, ਉਹ ਵੀ ਲੈ ਆਊਗਾ। ਨਹੀਂ ਮੈਂ ਹੁਣ ਘਰ ਨੂੰ ਜਾਣ ਡਿਆ। ਬਾਕੀ ਹੁਣ ਜੇ ਮਨਪ੍ਰੀਤ ਨੇ ਕੁੜੀ ਪਛਾਣ ਲਈ ਨਾ ਉਹ, ਤਾਂ ਫਿਰ ਸਾਰਾ ਕੇਸ ਹੱਲ ਹੋ ਜਾਣਾ। ਬਾਕੀ ਤੁਸੀਂ ਟੈਨਸ਼ਨ ਨਾ ਲਿਓ ਕੋਈ, ਤੁਸੀਂ ਮਨਪ੍ਰੀਤ ਨੂੰ ਹੌਸਲਾ ਦਿਓ ਤੁਸੀਂ। ਹਾਂਜੀ ਹਾਂਜੀ ਨਹੀਂ ਨਹੀਂ ਟੈਨਸ਼ਨ ਨਾ ਲਿਓ, ਆਪਾਂ ਸਭ ਕੁਛ ਸਹੀ ਹੋ ਜਾਣਾ, ਗੁਰੂ ਮਹਾਰਾਜ ਨੇ ਕਿਰਪਾ ਕਰ ਦੇਣੀ ਆ, ਸਭ ਕੁਛ ਸਹੀ ਹੋ ਜਾਣਾ। ਚਲੋ ਮਨਪ੍ਰੀਤ ਨਾ ਕਰਿਓ, ਜੇ ਕੁੜੀ ਪਛਾਣ ਲਈ ਤਾਂ ਮੈਂ ਕਰਤਾ ਵਾ, ਤੁਹਾਨੂੰ ਵਟਸਐਪ 'ਤੇ ਪਾਤੇ ਮੈਸੇਜ ਜਿੰਨਾ ਵੀ ਹੈਗੇ ਆ, ਫੋਟੋ ਜਾ ਕੇ ਪਾਤੀਆਂ, ਹੁਣ ਉਹਦਾ ਹੀ ਆ। ਨਹੀਂ ਫਿਕਰ ਨਾ ਕਰੋ, ਮੇਰਾ ਟਾਈਮ ਲੱਗਾ ਇਸੇ ਕੰਮ 'ਚ, ਮੈਂ ਬਿਜ਼ੀ ਰਿਹਾ ਥੋੜ੍ਹਾ ਜਿਹਾ, ਮੈਂ ਕਿਹਾ ਸਾਰੇ ਤੈਅ ਤੱਕ ਜਾਈਏ ਅਤੇ ਫੇਰ ਹੀ ਕਰਦੇ ਤੁਹਾਨੂੰ।
ਕੋਈ ਗੱਲ ਨਹੀਂ, ਹੁਣ ਕੋਈ ਟੈਨਸ਼ਨ ਨਾ ਲਿਓ। ਹਾਂ ਮੈਂ ਜਾਣ ਡਿਆ ਘਰ ਨੂੰ, ਜੇ ਲੋੜ ਪਿਆ ਘਰ ਜਾ ਕੇ ਗੱਲ ਕਰੂੰਗਾ ਤੁਹਾਡੇ ਨਾਲ। ਚਲੋ ਠੀਕ ਆ, ਓਕੇ।